ਜਿਹੜਾ ਸੀ ਤੁਹਾਡਾ ਘਰ ਵਾਲਾ ਉਹ ਵੀ ਦੁਨੀਆ ਚਲ ਗਿਆ ਇੱਕ ਜਵਾਨ ਪੁੱਤ ਚਲ ਗਿਆ ਇੱਕ ਜਵਾਨ ਪੁੱਤ ਇਹ ਜਿਹੜਾ ਘਰ ਸੀ ਖੰਡਰ ਬਣ ਗਿਆ ਇਹ ਜਿਹੜਾ ਘਰ ਹੀ ਖੰਡਰ ਬਣ ਗਿਆ ਪੁੱਤ ਵੀ ਜਵਾਨ ਚਲ ਗਿਆ ਪਹਿਲੋ ਆਦਮੀ ਚਲ ਗਿਆ ਮੁੜ ਕੇ ਮਾੜਾ ਮੋਟਾ ਮੈਨੂੰ ਪੁੱਤ ਖਰਚਾ ਦੇਂਦਾ ਰਿਆ ਹਾਂ ਆਖਣਾ ਮੰਮੀ ਜਿੰਨੇ ਪਹਿਲੇ ਲੈਣਾ ਲੀਣਾ ਜਾ ਰੋਟੀ ਪਾਣੀ ਕਰਦਾ ਜਾਂ ਸਬਜ਼ੀ ਪਰ ਜੀਣਾ ਨਾ ਹੁਣ ਕੌਣ ਦਵੇ ਬਹੁਤ ਕਿਤੇ ਕਾਲਰ ਨੂੰ ਕਦੀ ਮਿੱਟੀ ਨਹੀਂ ਲੱਗਣਦੀ ਤਾਂ ਬੂਟ ਜਰਾਬਾਂ ਜਿੱਤ ਰੱਖਦੇ ਪ੍ਰਾਉਣੇ ਤੁਰੇ ਫਿਰਦੇ ਆ ਮਮੈਲ ਹੱਥ ਝੋਣਾ ਐ ਲੈ ਆਉਣਾ ਕਮਾਈ ਕਰਕੇ ਫੇਰ ਲੈ ਆਉਣਾ ਵਿਗੜ ਜਾਣਾ ਤੇ ਅੱਜ ਜਿਹੜਾ ਉਹਨਾਂ ਨੂੰ ਪਤਾ ਵੀ ਨਹੀਂ ਆ ਕਿੱਥੇ ਬੂਟ ਪਾਉਣੇ ਕਿੱਥੇ ਸੂਟ ਪਾਉਣਾ ਜਵਾਨੋ ਕਿਤੇ ਜਦੋਂ ਇਤਰਾ ਕਿਤੇ ਕੱਪੜਾ ਦਾ ਮਾੜਾ ਪਾਉਣਾ ਕਿਤੇ ਬੂਟ ਜਰਾਬਾਂ ਮੇਰੇ ਘਰ ਵਾਲੇ ਨੇ ਇੰਨੇ ਲਿਆ ਕੇ ਦੇਣੇ ਸੂਟ ਪਾ ਪਾ ਕੇ ਉਹਨੂੰ ਬਾਹਰ ਵਿਖਾਉਣਾ ਦੇਖੋ ਮੇਰਾ ਬੱਚਾ ਕਿੰਨਾ ਸੋਹਣਾ ਲੱਗਣ ਤੇ ਲੱਗ ਗਿਆ ਅੰਡਾ ਗੱਵੜ ਤੇ ਨੂੰ ਸਾਹਮਣੇ ਖੜਾ ਤੇ ਅੱਜ ਇਤਨਾ ਦਰਦ ਲਾਤ ਹੋ ਗਏ ਆ ਜਿਹੜੇ ਮੇਰੇ ਬਹੁਤ ਜ਼ਿਆਦੇ ਪਾੜੇ ਲਾਤ ਖੋ ਗਏ ਕਿਤੇ ਅਸੀਂ ਦੇਖਿਆ ਵੀ ਜਦੋਂ ਬਰਸਾਤ ਵਗੈਰਾ ਆਉਂਦੀ ਆ ਮੀਂਹ ਪੈਂਦੀ ਆ ਅਸੀਂ ਦੇਖਿਆ ਵੀ ਘਰਾਂ ਦੀ ਛੱਤਾਂ ਕਟੀਆਂ ਨੇ ਬਿਲਕੁਲ ਬਾਲੇ ਤੱਕ ਹੈਗੇ ਫਿਰ ਕੀ ਹਾਲਾਤ ਹੁੰਦੇ ਫਿਰ ਕਿਥੋਂ ਰਤੀ ਰਾਤ ਦੀ ਗੁਜ਼ਾਰੀ ਕਰਦੇ ਸਨ ਫਿਰ ਰਾਤ ਇਤਨੇ ਕਿ ਜਾਰੀ ਦੀਆਂ ਕੰਡਾ ਨਾਲ ਲੱਗ ਲੱਗ ਕੇ ਉਹ ਜਿਹੜੇ ਪੱਟੇ ਜਿਹੜਾ ਨਾ ਉਹ ਤਾਂ ਥੱਲੇ ਵੜ ਜਾਣੇ ਆ। ਮੁਸ਼ਕਲ ਹੁੰਦੀ ਆ ਰਿਸ਼ਤੇਦਾਰ ਹਮ ਪੈਣ ਪਰ ਹਮੇਸ਼ਾ ਖੜਦੇ ਨਾ ਆ ਕੇ। ਤੁਹਾਡੀ ਕਿਸੇ ਨਾਲ ਕੇ ਮਦਦ ਕੀਤੀ ਵੀ ਖੜਿਆ। ਨਹੀਂ ਕੋਈ ਨਾ ਨੀ ਜੀ ਕੀਤੀ। ਕੋਈ ਨਾ ਮਦਦ ਨਹੀਂ ਕੀਤੀ। ਕੋਈ ਨਹੀਂ ਕਰਦਾ। ਜਿੱਡੇ ਮਰਜੀ ਤਗੜੇ ਹੋਣ ਬਾਹਰ ਗਏ ਹੋਣ ਸਾਰੇ ਤਵਾ ਤੇ ਸਭ ਚੰਗੇ ਭਲੇ ਆ ਤੇ ਕੋਈ ਮਦਦ ਨਹੀਂ ਕਰਦਾ। ਅੱਡੇ ਤੇ ਕੁਝ ਦੋਤੀਆਂ ਦੋਤੇ ਵੀ ਜਿੱਦ ਜਿੱਦੇ ਐ ਬੰਦ ਭਰਾ ਦੋ ਦੀਆਂ ਦੋਤੇ ਨਹੀਂ ਘਰ ਦੀ ਲਾਤ ਵੇਖ ਕੇ ਨਹੀਂ ਹੁੰਦੀ ਬੱਚੇ ਆ ਆਉਂਦਾ ਕੋਈ ਇੱਤਰਾਂ ਦੇ ਘਰ ਦੇ ਵਿੱਚ ਕੋਈ ਨਹੀਂ ਆਉਂਦਾ ਸੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਉਸ ਘਰ ਦੀਆਂ ਜਿਹੜਾ ਘਰ ਕਿਸੇ ਵਕਤ ਖਾਸ ਦਾ ਖੇਡਦਾ ਘਰ ਸੀ ਅਤੇ ਇਸ ਘਰ ਵਿੱਚ ਖੁਸ਼ੀਆਂ ਬਹੁਤ ਸੀ ਪਰ ਅੱਜ ਤਸਵੀਰਾਂ ਵਿਖਾਵਾਂਗੇ ਉਸ ਘਰ ਦੀਆਂ ਕੀ ਹਾਲਾਤ ਬਣ ਗਏ ਨੇ ਇਸ ਘਰ ਦੇ ਖੰਡਰ ਬਣ ਗਿਆ ਘਰ ਦੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੀ ਹਾਲਾਤ ਨੇ ਇਸ ਘਰ ਦੇ ਖੰਡਰ ਬਣ ਗਿਆ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਕੰਧਾਂ ਜਿਹੜੀਆਂ ਕੀ ਹਾਲਾਤ ਹੋ ਗਏ ਨੇ ਇਸ ਘਰ ਵਿੱਚ ਜਿਹੜੇ ਕਿ ਕਮੌਂ ਵਾਲਾ ਘਰ ਦਾ ਮੁਖੀ ਸੀ ਜਿਹੜਾ ਉਸ ਦੀ ਮੌਤ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਜਿਹੜੇ ਘਰ ਦੇ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਤੇ ਨਾਲ ਹੀ ਜਿਹੜੇ ਕਿ ਇੱਕ ਜਵਾਨ ਪੁੱਤ ਦੀ ਜਿਹੜੀਗਾ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਘਰ ਵਿੱਚ ਕੋਈ ਵੀ ਜਿਹੜਾ ਕਮਾਉਣ ਵਾਲਾ ਨਹੀਂ ਸੀ ਅਤੇ ਇਹ ਜਿਹੜੀ ਇੱਕ ਬੇਬਸ ਮਾਂ ਆ ਤੁਸੀਂ ਦੇਖ ਰਹੇ ਹੋ ਇੱਕ ਪਤਨੀ ਵੀ ਆ ਇੱਕ ਬੇਬਸ ਮਾਂ ਵੀ ਆ ਜਿਹੜਾ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਆ ਅਤੇ ਅੱਜ ਵੀ ਆਪਣੇ ਪੁੱਤ ਨੂੰ ਯਾਦ ਕਰਦੀ ਆ ਆਪਣੇ ਘਰ ਵਾਲੇ ਨੂੰ ਯਾਦ ਕਰਕੇ ਬਹੁਤ ਯਾਦ ਕਰਦੀ ਆ ਕਿਉਂਕਿ ਘਰ 'ਚ ਕਮਾਉਣ ਵਾਲਾ ਸੀ ਉਹ ਹੀ ਤੁਸੀਂ ਘਰ ਦੇ ਹਾਲਾਤ ਦੇਖ ਰਹੇ ਹੋ ਕਿਸ ਤਰ੍ਹਾਂ ਕਿਤਾ ਸਾਡੀ ਜਿਹੜੀ ਇਹ ਮਾਂ ਵਾਂ ਰੋ ਰੋ ਕੇ ਆਪਣਾ ਦਰਦ ਬਿਆਨ ਕਰੀ ਆ ਅੱਜ ਹਰ ਵੇਲੇ ਰੋਦੀ ਰਹੀ ਜਿਉਂ ਯਾਦ ਆਉਂਦੇ ਆ ਮਾਲਾ ਸੇਖਿਆ ਸੀ ਘਰ ਚ ਕਮਾਉਣ ਵਾਲਾ ਜਿਹੜਾ ਸੀ ਤੁਹਾਡਾ ਘਰ ਵਾਲਾ ਉਹ ਵੀ ਦੁਨੀਆ ਚਲ ਗਿਆ ਇੱਕ ਜਵਾਨ ਪੁੱਤ ਚਲ ਗਿਆ ਇੱਕ ਜਵਾਨ ਪੁੱਤ ਇਹ ਜਿਹੜਾ ਘਰ ਸੀ ਖੰਡਰ ਬਣ ਗਿਆ ਖੰਡਰ ਬਣ ਗਿਆ ਇਹ ਜਿਹੜਾ ਘਰ ਹੀ ਖੰਡਰ ਬਣ ਗਿਆ ਪੁੱਤ ਵੀ ਜਵਾਨ ਚਲ ਗਿਆ ਪਹਿਲੋ ਆਦਮੀ ਚਲ ਗਿਆ ਮੁੜ ਕੇ ਮਾੜਾ ਮੋਟਾ ਮੈਨੂੰ ਪੁੱਤ ਖਰਚਾ ਦੇਂਦਾ ਰਿਹਾ ਆ ਅਖਰਾ ਮੰਮੀ ਜਿੰਨੇ ਪੈਸੇ ਲੈਣੇ ਲਿੱਲਾ ਜਾ ਰੋਟੀ ਪਾਣੀ ਕਰਦਾ ਜਾਂ ਸਬਜੀ ਭਾਜੀ ਬਣਾਉਣਾ ਹੁਣ ਕੌਣ ਦਵੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਨਹੀਂ ਵੀ ਘਰ ਨੂੰ ਕਿਤੇ ਨજર ਲੱਗ ਗਈ ਇਸ ਘਰ ਨੂੰ ਬੜਾ ਹੱਸਦਾ ਵਜਦਾ ਘਰ ਸੀ ਰੋਟੀ ਸੋਹਣੀ ਖਾਂਦੇ ਸੀ ਪਰ ਅਜੇ ਘਰ ਬਰਬਾਦ ਹੋ ਗਿਆ ਘਰ ਚ ਜਿਹੜਾ ਜਵਾਨ ਪੁੱਤ ਉਹ ਵੀ ਜਿਹੜਾ ਮੈਂਟਲ ਐਫਸਰ ਹੋ ਗਿਆ ਦਿਮਾਗੀ ਹਾਲਾਤ ਖਰਾਬ ਹੋ ਗਏ ਉਸਦੇ ਆ ਅਸੀਂ ਜਾਂਦੇ ਰਹੇ ਆ ਦੋਵੇਂ ਜੀ ਜਾਂਦੇ ਰਹੇ ਨਜ਼ਰਾਂ ਲੱਗ ਗਈਆਂ ਬਹੁਤ ਕਿਤੇ ਰਚ ਕੇ ਤੋਂ ਕਦੀ ਪੈਰ ਨਹੀਂ ਘਰ ਵਾਲੇ ਨੇ ਤਾਰਿਆ ਅ ਤੇ ਅੱਜ ਤੁਰ ਤੁਰ ਕੇ ਕਿਹ ਮੋਕੇ ਸਿੱਧਾਂ ਦੇ ਜਾਣਾ ਪੈਂਦਾ ਸਾਨੂੰ ਅ ਕਿੰਨੀ ਕਮਾਈ ਕਰਦੇ ਸੀ ਕਿਉਂਕਿ ਮਾਂ ਵਾਸਤੇ ਬੜੀ ਦੁੱਖ ਵਾਲੀ ਗੱਲ ਆ ਜਿਹੜਾ ਜਵਾਨ ਪੁੱਤ ਚਲ ਜੇ ਅਤੇ ਇੱਕ ਜਵਾਨ ਪੁੱਤ ਜਿਹੜਾ ਕੀ ਦਿਮਾਗੀ ਹਾਲਾਤ ਹੋਏ ਨਾ ਬਿਲਕੁਲ ਉਹ ਸੁਧ-ਬੁੱਧ ਨਹੀਂ ਉਸ ਨੂੰ ਪਤਾ ਨਹੀਂ ਰੋਟੀ ਖਾਂਦਾ ਆ ਕੇ ਨਹੀਂ ਖਾਂਦਾ ਇੱਕ ਮਾਂ ਵਾਸਤੇ ਬੜਾ ਦੁੱਖ ਵਾਲੀ ਗੱਲ ਆ ਇੱਕ ਮਾਂ ਦੇ ਵੱਲੋਂ ਵੀ ਹਰ ਟਾਈਮ ਜਦੋਂ ਆਪਣੇ ਪੁੱਤ ਨੂੰ ਦੇਖਦੀ ਆ ਵੀ ਕੀ ਹਾਲਾਤ ਬਣ ਗਏ ਨੇ ਇਹੋ ਮੁੰਡਾ ਸੀ ਜਿਹੜਾ ਕੰਮ ਕਰਦਾ ਸੀ ਰੋਟੀ ਪਾਣੀ ਕਮਾਉਂਦਾ ਸੀ ਅਤੇ ਖੁਸ਼ ਸੀ ਪਰ ਅੱਜ ਕੀ ਹਾਲਾਤ ਨੇ ਉਸ ਦੇ ਬਹੁਤ ਹਾਲਾਤ ਮਾਰੇ ਹੋ ਗਿਆ ਬਹੁਤ ਵਧੀਆ ਹੀ ਮੁੰਡਾ ਬਹੁਤ ਕਿਤੇ ਕਾਰਨਰ ਨੂੰ ਕਦੀ ਮਿੱਟੀ ਨਹੀਂ ਲੱਗਣ ਦਿੱਤਾ ਬੂਟ ਜਰਾਬਾਂ ਜਿ ਤਰ੍ਹਾਂ ਕਿਤੇ ਪ੍ਰਾਣੇ ਤੁਰੇ ਫਿਰਦੇ ਆ ਮਮੈਲ ਹੱਥ ਛੋਣਾ ਲੈ ਆਉਣਾ ਕਮਾਈ ਕਰਕੇ ਫੇ ਲੈ ਆਉਣਾ ਵਿਗੜ ਜਾਣਾ ਤੇ ਤੇ ਅੱਜ ਜਿਹੜਾ ਉਹਨਾਂ ਨੂੰ ਪਤਾ ਵੀ ਨਹੀਂ ਆ ਕਿੱਥੇ ਬੂਟ ਪਾਉਣੇ ਕਿੱਥੇ ਸੂਟ ਪਾਉਣੇ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਮਾਂ ਵਾ ਇਹ ਬੇਪਸ ਮਾਂ ਜਿਹੜੀ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਆ ਇੱਕ ਵਿੱਚ ਹੱਥ ਵਿੱਚ ਫੜੀ ਆਪਣੀ ਫੋਟੋ ਘਰ ਵਾਲੇ ਦੀ ਇੱਕ ਵਿੱਚ ਫੜੀ ਆਪਣੇ ਪੁੱਤ ਦੀ ਫੋਟੋ ਕਿਉਂਕਿ ਬਹੁਤ ਜਿਹੜੀ ਮਾਂ ਵਾ ਦੁੱਖਾਂ ਭਰੀ ਇਸ ਦੀ ਕਹਾਣੀ ਆ ਕਿਉਂਕਿ ਇਹ ਕਹਿ ਸਕਦੇ ਪੀ ਜਦੋਂ ਇਸ ਦੇ ਜਵਾਨ ਪੁੱਤ ਇੱਕ ਜਿਹੜਾ ਦੁਨੀਆ ਤੋਂ ਚਲ ਜਾਂਦਾ ਵਾ ਬੜੇ ਪੁੱਤ ਜਿਹਨੇ ਆਸਾ ਮਰਾਦਾ ਨਾਲ ਰੱਬ ਕੋ ਪਾਲੇ ਸੀ ਲੈ ਕੇ ਮੰਗੇ ਸੀ ਕਿੰਨੇ ਲੱਡੂ ਵੰਡੇ ਸੀ ਜਦੋਂ ਪੁੱਤ ਹੋਏ ਸੀ ਕਿੰਨੇ ਖੁਸ਼ੀਆਂ ਸਾਡੀ ਕੀਤੀਆਂ ਸੀ ਬਹੁਤ ਬਾਜੀ ਕਿਤੇ ਸਾਰੇ ਪਿੰਡ ਦੇ ਵਿੱਚ ਉਹਦੀਆਂ ਕਸ਼ਮੀਰ ਸਿੰਘ ਦੀਆਂ ਧੱਕੜ ਗਿਆ ਵੰਡ ਗਿਆ ਤੇ ਲੱਡੂ ਵੰਡੇ ਕਿਤੇ ਮੇਰੇ ਸੋਹਰੇ ਨੇ ਵੀ ਕਿਤੇ ਸਾਰੇ ਸੁਖਣਾ ਬਾਬੇ ਬੁੱਢੇ ਰੋਟੀਆਂ ਪਕਾ ਪਕਾ ਕੇ ਖੜੀਆਂ ਸਾਰੇ ਸੁਖਣਾ ਲਾਈਆਂ ਉਹਦੀਆਂ ਤੇ ਜਵਾਨ ਹੋ ਕੇ ਤੇ ਜਦੋਂ ਇਤਰਾ ਕੇ ਕਪੜਾ ਨਾ ਮਾੜਾ ਪੋਣਾ ਕਿਤੇ ਬੂਢ ਜਰਾਬਾ ਮੇਰੇ ਘਰ ਵਾਲੇ ਨੇ ਇੰਨੇ ਲਿਆ ਕੇ ਦੇਣੇ ਸੂਟ ਪਾ ਪਾ ਕੇ ਉਹਨੂੰ ਬਾਹਰ ਵਿਖਾਉਣਾ ਵੇਖੋ ਮੇਰਾ ਬੱਚਾ ਕਿੰਨਾ ਸੋਹਣਾ ਲੱਗਣ ਡਿਆ ਲੱਗ ਗਿਆ ਡੰਗ ਗਵੰਡ ਨੂੰ ਸਾਹਮਣੇ ਕਰ ਤੇ ਅੱਜ ਇਤਰਾ ਦਰ ਲਾਤ ਹੋ ਗਏ ਜਿਹੜੇ ਮੇਰੇ ਬਹੁਤ ਜ਼ਿਆਦੇ ਮਾਰੇ ਰਾਤ ਕੋਗੇ ਕਿਤੇ ਬਿਲਕੁਲ ਜੀ ਤੁਸੀਂ ਦੇਖ ਲਓ ਇਹ ਮਾਂ ਜਿਹੜੀ ਸੀ ਕਿਸੇ ਵਲੇ ਬਹੁਤ ਖੁਸ਼ੀ ਜਦੋਂ ਇਸਦੇ ਦੋਵੇਂ ਪੁੱਤ ਹੋਏ ਨੇ ਕਹਿੰਦੀ ਉਸਮਾਨ ਦਾ ਕਹਿਣਾ ਵੀ ਬੜੇ ਲੱਡੂ ਵੰਡੇ ਸੀ ਬੜੀਆਂ ਖੁਸ਼ੀਆਂ ਬਣਾਈਆਂ ਸੀ ਪਰ ਲੱਗਦਾ ਕਿਤੇ ਘਰ ਨੂੰ ਨਜ਼ਰ ਲੱਗੀ ਕਿਸੇ ਦੀ ਇਹ ਜਿਹੜਾ ਘਰ ਆ ਤੁਸੀਂ ਦੇਖ ਰਹੇ ਹੋ ਹੱਸਦਾ ਬਚਦਾ ਘਰ ਸੀ ਕਿਸੇ ਵਕਤ ਇਸ ਘਰ ਵਿੱਚ ਖੁਸ਼ੀਆਂ ਸਾਂਝੀ ਕੀਤੀਆਂ ਸੀ ਹਰ ਖੁਸ਼ੀਆਂ ਸੀ ਇਸ ਘਰ ਵਿੱਚ ਘਰ ਵਿੱਚ ਕਮਾਉਣ ਵਾਲਾ ਇਸ ਦਾ ਘਰ ਵਾਲਾ ਸੀ ਇੱਕ ਜਵਾਨ ਪੁੱਤ ਜਿਹੜਾ ਕਮਾਉਂਦਾ ਸੀ ਅਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਇਸ ਘਰ ਵਿੱਚ ਖੰਡਰ ਬਣ ਗਏ ਨੇ ਕੰਧਾਂ ਜਿਹੜੀਆਂ ਟਟੀਆਂ ਉਹ ਜਿਹੜੀ ਇੱਟ ਜਿਹੜੀ ਸਰਦਾਰ ਜੀ ਨੇ ਲਵਾਈ ਆ ਇਹਨਾਂ ਦੇ ਪਤੀ ਨੇ ਉਸ ਤੋਂ ਬਾਅਦ ਇਸ ਘਰ ਵਿੱਚ ਕਦੀ ਕੁਇਟਰੀ ਨਹੀਂ ਲੱਗੀ ਕਿਸ ਤਰ੍ਹਾਂ ਦੇਖਦੇ ਹੋ ਪਤੀ ਦੇ ਜਾਨ ਤੋਂ ਬਾਅਦ ਮੁੰਡੇ ਦੀ ਮੌਤ ਹੋ ਜਾਂਦੀ ਆ ਇੱਕਦਮ ਘਰ ਖਾਲੀ ਹੋ ਜਾਂਦਾ ਹਾਂਜੀ ਖਾਲੀ ਹੋ ਗਿਆ ਬਹੁਤ ਖਾਲੀ ਹੋ ਗਿਆ ਘਰ ਮੁੜ ਕੇ ਕੀ ਕਰਨਾ ਸੀ ਕੌਣ ਲਾਉਣ ਵਾਲਾ ਇਟ ਤੇ ਕਿੰਨੇ ਲਿਆਉਣਾ ਸੀ ਕਿ ਹਮੋਕੇ ਰੋਟੀਆਂ ਵੀ ਭੁੱਖੇ ਬੈਠੇ ਰਹਿੰਦੇ ਹਾਂ ਹੈ ਤੇ ਜਿਹੜਾ ਮੁੰਡਾ ਹੀ ਲਿਆ ਉਹੋ ਲਿਆ ਕੇ ਦਿੰਦਾ ਹੁੰਦਾ ਸੀ ਉਹਨੇ ਮੈਨੂੰ ਕਦੀ ਬਾਹਰ ਨਹੀਂ ਨਿਕਲਣ ਦਿੱਤਾ ਕਹਿੰਦਾ ਮੰਮੀ ਮੈਂ ਕੋਠੀਆਂ 'ਚ ਕੰਮ ਕਰਦਾ ਵਾਂ ਤੇ ਉੱਥੇ ਸਾਰਾ ਦਿਨ ਕੰਮ ਕਰਾਉਂਦੀਆਂ ਰਹਿੰਦੀਆਂ ਤੇ ਕਦੀ ਤੇ ਕੋਚ ਨਾ ਕੋਚ ਨਾਮ ਵੀ ਲਾ ਦਿੰਦਿਆਂ ਤੇ ਤੂੰ ਕਦੀ ਇਹੋ ਜਿਹਾ ਕੰਮ ਨਹੀਂ ਕੀਤਾ ਤੇ ਤੂੰ ਨਹੀਂ ਜਾਣਾ ਤੈਨੂੰ ਆਪ ਹੀ ਲਿਆ ਕੇ ਦਿੰਦੇ ਹਾਂ ਤੇ ਕੀ ਕਰ ਸਕਦੇ ਆ ਮੈਨਸਪੰਦੀ ਜਿਹੜਾ ਇਹ ਪੁੱਤ ਅਸੀਂ ਦੇਖ ਰਹੇ ਹਾਂ ਸਾਹਮਣੇ ਜਵਾਨ ਪੁੱਤ ਬੈਠਾ ਜਿਹੜਾ ਕਿ ਜਿੰਨੂੰ ਆਪਣੀ ਹੋਸ਼ ਹੀ ਨਹੀਂ ਹੈਗੀ ਦਿਮਾਗੀ ਹਾਲਾਤ ਖਰਾਬ ਹੋ ਗਏ ਨੇ ਹੋਇਆ ਕੀ ਆ ਕਿਉਂ ਇਸੇ ਹਾਲਾਤ ਇਸ ਤਰ੍ਹਾਂ ਹੋ ਗਏ ਨੇ ਪਹਿਲਾਂ ਬਿਲਕੁਲ ਠੀਕ ਸੀ ਜਾਂ ਕਿਸ ਤਰ੍ਹਾਂ ਦੇ ਪਹਿਲਾਂ ਹਾਲ ਸੀ ਹਾਂਜੀ ਬਿਲਕੁਲ ਠੀਕ ਹੀ ਸੀ ਹਾਂ ਉਹ ਤਾਂ ਆਪਣੀ ਘਰ ਦੀ ਨੂੰ ਹਰ ਇੱਕ ਚੀਜ਼ ਲਿਆ ਕੇ ਦਿੰਦਾ ਹੀ ਘਰੋਂ ਕਦੀ ਉਹਨੂੰ ਵੀ ਪੈਰ ਬਾਹਰ ਕੱਢਣ ਦਿੱਤਾ ਹਰ ਇੱਕ ਚੀਜ਼ਾਂ ਲਿਆ ਲਿਆ ਕੇ ਦੇਣੀਆਂ ਤੇ ਹੁਣ ਜਦੋਂ ਇਸ ਤਰ੍ਹਾਂ ਦੀ ਦਿਮਾਗੀ ਹਾਲਤ ਹੋ ਗਈ ਕੱਪੜੇ ਲੀੜਾ ਨਹੀਂ ਬਦਲਦਾ ਹੁਣ ਤੇ ਬਦਲਣ ਦਾ ਪਿਆ ਨਾ ਲੀੜਾ ਕੱਪੜਾ ਚਲੋ ਪਾ ਲੈਂਦਾ ਰੱਖ ਗਏ ਤੇ ਅੱਗੇ ਤੇ ਮਾੜੀ ਅਸੀਂ ਦੇਖਿਆ ਵੀ ਜਦੋਂ ਬਰਸਾਤ ਵਗੈਰਾ ਆਉਂਦੀ ਆ ਮੀਂਹ ਪੈਂਦੀ ਆ ਤੇ ਅਸੀਂ ਦੇਖਿਆ ਵੀ ਘਰਾਂ ਦੀ ਛੱਤਾਂ ਟੁੱਟੀਆਂ ਨੇ ਬਿਲਕੁਲ ਬਾਲੇ ਤੱਕ ਹੈਗੇ ਫਿਰ ਕੀ ਹਾਲਾਤ ਹੁੰਦੇ ਫਿਰ ਕਿਥੋਂ ਟੁੱਟੀ ਰਾਤ ਦੀ ਬਿਜਾਰ ਤੋ ਵੇਰਾ ਰਾਤ ਇਤਨੇ ਗੁਜਾਰੀਦੀ ਆ ਕੰਡਾ ਨਾਲ ਲੱਗ ਲੱਗ ਕੇ ਆ ਜਿਹੜੇ ਪੱਟੇ ਜੇ ਹਨਾ ਉਹਦੇ ਥੱਲੇ ਵੜ ਜਾਂਦੇ ਅਸੀਂ ਤੇ ਆ ਸਾਰਾ ਇਹ ਆ ਗਾੜੀਆਂ ਸਾਰਾ ਚੋਕੇ ਭੇਜ ਜਾਂਦਾ ਸਾਰਾ ਆ ਤੇ ਫਿਰ ਅਸੀਂ ਉਹ ਲੱਗ ਲੱਗ ਕੇ ਕੰਡਾ ਦੇ ਨਾਲ ਬੱਚਿਆਂ ਨੂੰ ਵੀ ਲੈ ਕੇ ਤੇ ਨਾਲ ਲੱਗ ਕੇ ਤੇ ਫਿਰ ਗੁਜਾਰਾ ਕਰਦੇ ਰਾਤ ਅਹ ਕਿ ਮੈਨੂੰ ਲੱਗਦੇ ਨਹੀਂ ਕਿ ਤੇ ਰੱਬ ਨਾਲ ਨਾਰਾਜ਼ੀ ਹੋਵੇ ਕਦੀ ਰੱਬ ਨਾਲ ਗੁੱਸਾ ਕਿਦਾ ਕੀਤਾ ਹੋਵੇ ਵੀ ਜਿਹੇ ਰੱਬਾ ਜੇ ਤੂੰ ਜਵਾਨਪੁਰ ਦਿੱਤੇ ਸੀ ਤੇ ਉਹਨਾਂ ਦੀ ਉਮਰ ਲੰਮੀ ਦੇਣੀ ਸੀ ਉਹਨਾਂ ਦੇ ਹਾਲਾਤ ਚੰਗੇ ਦੇਣੇ ਸੀ ਇੱਕ ਰੱਬ ਨੇ ਖੋਲਿਆ ਤੇ ਦੂਜਾ ਉਹਦੇ ਦਿਮਾਗੀ ਹਾਲਾਤ ਹੋ ਗਏ ਕਿਤੇ ਰੱਬ ਨਾਲ ਕਿੰਨੀ ਨਾਰਾਜ਼ਗੀ ਹੁੰਦੀ ਆ ਬਹੁਤ ਜਿਆਦਾ ਮਜਾ ਆ ਕੇ ਰੋਂਦੀ ਆ ਜਾ ਕੇ ਬਕਰਮਾ ਚ ਬੈਠੀ ਆ ਇੱਥੇ ਮੇਰੇ ਘਰ ਵਾਲਾ ਲੈ ਕੇ ਆਉਂਦਾ ਸੀ ਹੱਸਦਾ ਖੇਡਦਾ ਇੱਥੇ ਮੇਰੇ ਬੱਚੇ ਆਉਂਦੇ ਹੁੰਦੇ ਸੀਦਾ ਸਾਹਿਬ ਉੱਥੇ ਮੈਂ ਬਕਰਮਾ ਚ ਵੀ ਬਹਿ ਕੇ ਦਿਲ ਭਰ ਕੇ ਉਹ ਨਹੀਂ ਆ ਰੋ ਕੇ ਵੀ ਐਡੇ ਜਵਾਨ ਕਿਉਂ ਚੱਲ ਗਏ ਆ ਬਥੇਰਾ ਕਰੀਦਾ ਘਰ ਵੀ ਯਾਦ ਆਉਂਦੇ ਤੇ ਘਰ ਵੀ ਰੋਂਨੇ ਆ ਜਦੋਂ ਜੀ ਕਰਦਾ ਰੋਈਦਾ ਵੇਖ ਵੇਖ ਕੇ ਜਦੋਂ ਘਰ ਨਹੀਂ ਕੁਛ ਦੀਦਾ ਤੇ ਫਿਰ ਰੋਣਾ ਹੀ ਆ ਕੀ ਨਾ ਨੀ ਮਾਤਾ ਜੀ ਅਸੀਂ ਦੇਖਿਆ ਵੀ ਹਮੇਸ਼ਾ ਕਹਿੰਦੇ ਨੇ ਵੀ ਜਦੋਂ ਕਿਤੇ ਮੁਸੀਬਤ ਆਉਂਦੀ ਆ ਮੁਸ਼ਕਲ ਆਉਂਦੀ ਆ ਰਿਸ਼ਤੇਦਾਰ ਭੈਣ ਪਰ ਹਮੇਸ਼ਾ ਖੜਦੇ ਨਾਲ ਕੇ ਤੁਹਾਡੀ ਕਿਸੇ ਨਾਲ ਕੇ ਮਦਦ ਕੀਤੀ ਖੜਿਆ ਕੋਈ ਨਹੀਂ ਕੋਈ ਨਹੀਂ ਜੀ ਕੀਤੀ ਕੋਈ ਨੇ ਮਦਦ ਨਹੀਂ ਕੀਤੀ ਕੋਈ ਨਹੀਂ ਕਰਦਾ ਜਿੱਡੇ ਮਰਜੀ ਤਗੜੇ ਹੋਣ ਬਾਹਰ ਗਏ ਹੋਣ ਸਾਰੇ ਤਵਾ ਤੇ ਸਭ ਚੰਗੇ ਭਲੇ ਆ ਤੇ ਕੋਈ ਮਦਦ ਨਹੀਂ ਕਰਦਾ ਨਾ ਨੀ ਵੀ ਅਜਿਹੇ ਭਾਗਾ ਵਾਲਾ ਕੋਈ ਜੀ ਹੁੰਦਾ ਜਿਹਨੂੰ ਇਸ ਤਰ੍ਹਾਂ ਦਾ ਪਤੀ ਮਿਲਦਾ ਵਾ ਹਾਂਜੀ ਬਹੁਤ ਚੰਗੇ ਬਹੁਤ ਚੰਗੇ ਆ ਸਿਰਪਰ ਨਜ਼ਰੀ ਲੱਗਦੀ ਕਿਸ ਦੀ ਦੋਵਾਂ ਜੀਆਂ ਨੇ ਜਾੜਾ ਸਿਆਣੀਆਂ ਬਿਆਣੀਆਂ ਬੁੜੀਆਂ ਨੇ ਇਹ ਛੜਕ ਤੋ ਕਹਿਣਾ ਕਹਿਣਾ ਇੱਕੋ ਟਾੜੀ ਲਾਂਗਿਆ ਦੋਵੇਂ ਜੀ ਇੱਕੋ ਜਿਆ ਤੁਰਦੇ ਜੇ ਇਹ ਤੁਹਾਡੀ ਪਿੰਮਤ ਬਲ ਉਹਨਾਂ ਨੇ ਕਦੀ ਖੈੜਾ ਨਹੀਂ ਛੱਡਿਆ ਨਾਲ ਹੀ ਰੱਖਦੇ ਹੁੰਦੇ ਤੇ ਮੈਨੂੰ ਇਸ ਸਮਾਜ ਦੀ ਪੰਜੀ ਘਰ 'ਚ ਹੁਣ ਕੰਮ 'ਚ ਕਮਾਉਣ ਵਾਲਾ ਕੌਣ ਆ ਅਸੀਂ ਦੇਖਿਆ ਜਿਵੇਂ ਘਰ ਦੇ ਹਾਲਾਤ ਇਹਨੇ ਮਾੜੇ ਨੇ ਘਰ 'ਚ ਟੁੱਟੀਆਂ ਛੱਤਾਂ ਨੇ ਘਰ 'ਚ ਬਾਲੇ ਤੱਕ ਜੇ ਲੈ ਲੈ ਗਏ ਨੇ ਹੁਣ ਘਰ 'ਚ ਕਮਾਉਣ ਵਾਲਾ ਕੌਣ ਰੋੜ ਘਰ 'ਚ ਗੁਜ਼ਾਰਾ ਕਿੱਤਾ ਜਾਂਦਾ ਕਰ ਗੁਜ਼ਾਰਾ ਫਿਰ ਕੀ ਕਰਨਾ ਹੈ ਰੇ ਇਸੇ ਤਰ੍ਹਾਂ ਗੁਜ਼ਾਰਾ ਕਿ ਮੌਕੇ ਨਹੀਂ ਮੈਂ ਭੁੱਖੀ ਹੁੰਨੀ ਆ ਕਿ ਮੌਕੇ ਭੁੱਖੀ ਸੌਂ ਜਾਂਨੀ ਆ ਕਿ ਮੌਕੇ ਸਿੱਧਾ ਤੋਂ ਹੁਣ ਫਿਰ ਤੁਰ ਤਰ ਕੇ ਜਾ ਕੇ ਲੈ ਆਈਦਾ ਸਿੱਧਾ ਤੋਂ ਫੁਲਕਾ ਖਾ ਆਈਦਾ ਨਾਲ ਘਰ ਵੀ ਲੈ ਆਉਨੇ ਉਹਨੇ ਬਿਲਕੁਲ ਜੀ ਹਾਂ ਜੀ ਤੁਸੀਂ ਦੇ ਕੀ ਕਰਨਾ ਜੋ ਮਹਾਰਾਜ ਨੇ ਪਾਈ ਆ ਤੇ ਕਟਣੀ ਤੇ ਪੈਣੀ ਹੁਣ ਜੇ ਕਿਸੇ ਨੂੰ ਰਿਸ਼ਤੇਦਾਰਾਂ ਨੂੰ ਆਖਾਂਗੇ ਸਾਨੂੰ ਆਟਾ ਦੇ ਦੇ ਸਾਨੂੰ ਆ ਚੀਜ਼ ਦੋ ਤੇ ਕਹਾ ਜਾਂਦਾ ਮੈਂ ਨਹੀਂ ਕਿਹਾ ਮੈਂ ਖਾ ਅੱਜ ਮੇਰਾ ਪੁੱਤ ਮਰ ਗਿਆ ਮੈਂ ਆਟਾ ਉਟਾ ਵੀ ਨਹੀਂ ਕਿਸੇ ਵੱਲੋਂ ਲੈਣਾ ਮੱਚੀ ਇਦਾਂ ਤੋਂ ਖਾਣਾ ਮਨਜ਼ੂਰ ਆ ਕੋਈ ਮੇੜਾ ਨਹੀਂ ਉੱਥੇ ਰੱਬ ਦੇ ਘਰ ਦੇ ਵਿੱਚ ਆ ਮੇਰੇ ਤੋਂ ਮਾਦਰੀ ਦੁੱਖ ਕਿੰਨਾ ਲੱਗਦਾ ਜਦੋਂ ਹਰ ਟਾਈਮ ਪੁੱਤ ਸਾਹਮਣੇ ਇਸ ਤਰ੍ਹਾਂ ਹਾਲਾਤ ਚ ਪਿਆ ਹੋਵੇ ਦਿਮਾਗੀ ਹਾਲਾਤ ਵਿੱਚ ਪਿਆ ਹੋਵੇ ਉਹ ਪੁੱਤ ਸੀ ਜਿਹੜਾ ਕਮਾ ਕੇ ਮਾਂ ਦੇ ਹੱਥੇ ਰੋ ਪੈਸੇ ਰੱਖਦਾ ਸੀ ਅਤੇ ਕੱਪੜੀ ਲੀੜੇ ਕਹਿੰਦੇ ਬਹੁਤ ਸੋਹਣੇ ਪਾਉਂਦਾ ਸੀ ਹਮੇਸ਼ਾ ਆਪਣੇ ਆਪ ਨੂੰ ਤਿਆਰ ਰੱਖਦਾ ਸੀ ਟਿਚ ਪਰ ਤਿਆਰ ਰੱਖਦਾ ਸੀ ਕਹਿੰਦੇ ਬੂਟ ਜਿਹੜੇ ਜੋੜੇ ਸੀ ਹਮੇਸ਼ਾ ਵਧੀਆ ਪਾਉਂਦਾ ਸੀ ਤੇ ਅੱਜ ਅਸੀਂ ਦੇਖਿਆ ਕਿ ਉਹ ਵੀਰ ਨੰਗੇ ਨੰਗੇ ਪੈਰੀ ਆ ਹਾਂਜੀ ਨੰਗੇ ਪੈਰੀ ਪਾਜੀ ਚਪਲ ਦਬ ਨਹੀਂ ਪਤਾ ਹੁਣ ਆ ਹੁਣ ਮਾਲਕੇ ਦਿੱਤੀਆਂ ਉਦੋਂ ਚਪਲਾ ਵਿਚਾਰਾ ਉਹ ਬਲਦੇ ਵਿੱਚ ਪੈਰ ਪਾ ਲੇ ਆੜੇ ਆੜੇ ਛਾਲੇ ਹੋ ਗਏ ਫਿਰ ਡਾਕਟਰ ਕੋ ਇਲਾਜ ਕਰਵਾਇਆ ਤੇ ਫਿਰ ਥੋੜੇ ਦਿਨਾਂ ਤੱਕ ਉਹਨਾਂ ਨੇ ਆਖਿਆ ਪਿਆ ਚੀਜ਼ ਲਾਉ ਉਤੇ ਤੇ ਠੀਕ ਹੋ ਜੁਣ ਠੀਕ ਆ ਅੱਗੇ ਨਾਲ ਹੁਣ ਤੁਰਿਆ ਫਿਰਦਾ ਲੋਕੋ ਜੀ ਉਹ ਬਹੁਤ ਧੰਨਵਾਦ ਜੀ ਤੁਸੀਂ ਦੇਖ ਲਓ ਵੀ ਇਹ ਉਹ ਮਾਂ ਆ ਇਹ ਉਹ ਪਤਨੀ ਆ ਜਿਸਦੇ ਤੁਸੀਂ ਦੇਖ ਲਓ ਹੱਥਾਂ ਵਿੱਚ ਇੱਕ ਹੱਥ ਵਿੱਚ ਆਪਣੇ ਘਰ ਵਾਲੇ ਦੀ ਫੋਟੋ ਫੜੀ ਹੋਈ ਆ ਇੱਕ ਹੱਥ ਵਿੱਚ ਆਪਣੇ ਜਵਾਨ ਪੁੱਤ ਦੀ ਫੋਟੋ ਆ ਅਤੇ ਇੱਕ ਜਿਹੜਾ ਉਸਦਾ ਜਵਾਨ ਪੁੱਤ ਜਿਹੜਾ ਕੀ ਦਿਮਾਗੀ ਹਾਲਾਤ ਜਿਹਦੇ ਠੀਕ ਨਹੀਂ ਨੇ ਜਿਸਦੇ ਦਿਮਾਗੀ ਹਾਲਾਤ ਖਰਾਬ ਹੋ ਚੁੱਕੇ ਨੇ ਅਤੇ ਇਹ ਮਾਂ ਜਿਹੜੀ ਆ ਦੁੱਖਾਂ ਭਰੀ ਜਿਹੜੀ ਇਸ ਦੀ ਕਹਾਣੀ ਆ ਕਿਉਂਕਿ ਪਹਿਲੋ ਘਰ ਵਾਲਾ ਚਲ ਜਾਂਦਾ ਉਸ ਤੋਂ ਬਾਅਦ ਜਵਾਨ ਪੁੱਤ ਜਲ ਜਾਂਦਾ ਤੇ ਜਿਹੜਾ ਘਰ ਚ ਰਹਿੰਦਾ ਵਾ ਜਵਾਨ ਪੁੱਤ ਉਸ ਦੀ ਵੀ ਦਿਮਾਗੀ ਹਾਲਾਤ ਖਰਾਬ ਹੋ ਜਾਂਦੇ ਨੇ ਕਹ ਲਓ ਵੀ ਦੁੱਖਾਂ ਦਾ ਪਹਾੜ ਟੁੱਟ ਗਿਆ ਇਸ ਪਰਿਵਾਰ ਦੇ ਉੱਤੇ ਬੜਾ ਹੱਸਦਾ ਵਜਦਾ ਪਰਿਵਾਰ ਸੀ ਪਰ ਕਹਿੰਦੇ ਨજર ਲੱਗੀ ਕਿਸੇ ਦੀ ਇਸ ਪਰਿਵਾਰ ਨੂੰ ਅੱਜ ਇਹ ਪਰਿਵਾਰ ਤੁਸੀਂ ਦੇਖ ਰਹੇ ਹੋ ਘਰ ਤੇ ਸਿਰਫ ਦਿਨ ਜੀ ਰਹਿ ਗਏ ਨੇ ਇੱਕ ਇਹ ਲੜਕਾ ਦਾ ਉਸ ਜਿਹੜੀ ਲੜਕੇ ਦੀ ਜਿਹੜੀ ਬੇਟੀ ਆ ਛੋਟੀ ਜੀ ਉਹ ਰਹਿ ਗਈ ਆ ਇੱਕ ਮਾਤਾ ਜੀ ਖੁਦ ਨੇ ਅਤੇ ਮਾਤਾ ਜੀ ਦਾ ਕਹਿਣਾ ਵੀ ਰੋਜੀ ਰੋਟੀ ਵਾਸਤੇ ਉਹ ਕਦੀ ਸ਼ੀਦਾ ਸਾਹਿਬ ਜਾ ਕੇ ਦਰਬਾਰ ਸਾਹਿਬ ਜਾ ਕੇ ਪਛਾੜਾ ਛੱਕ ਆਉਂਦੇ ਨੇ ਗੁਰੂ ਘਰ ਜਾ ਕੇ ਅਤੇ ਅਰਦਾਸ ਬੇਨਤੀ ਕਰਦੇ ਨੇ ਕਿ ਉਸ ਦਾ ਘਰ ਜਿਹੜਾ ਵਾ ਫਿਰ ਪਹਿਲੋਂ ਤਨਾ ਖੁਸ਼ੀ ਆ ਰਹਿਣ ਤੇ ਮੈਨੂੰ ਸੋ ਮਾਤਾ ਜੀ ਸਾਡੇ ਦਰਸ਼ਕ ਤੇ ਦੇਖ ਰਹੇ ਨੇ ਦੇਸਾਂ ਵਦੇਸ਼ਾਂ ਚ ਕੀ ਅਪੀਲ ਕਰਨਾ ਚਾਹੋਗੇ ਕੀ ਬੇਨਤੀ ਕਰਨਾ ਚਾਹੋਗੇ ਹਾਂਜੀ ਵੇਖੋ ਹਣ ਤੁਸੀਂ ਤੁਸੀਂ ਕਰਨਾ ਭਾਜੀ ਜੋ ਕਰਨਾ ਵਾ ਤੁਹਾਨੂੰ ਪਤਾ ਲੱਗ ਗਿਆ ਵਾ ਕਿ ਕੀ ਹਾਲਤ ਹੋਈ ਆ ਤੇ ਕਿਤਰਾ ਮਾਤਾ ਦਾ ਗੁਜ਼ਾਰਾ ਹੁੰਦਾ ਕਿਤਰਾ ਸਾਡੇ ਤੇ ਕਿਤੇ ਦੋ ਤੀਆਂ ਦੋ ਤੇ ਵੀ ਜਿੰਦੇ ਭੈਣ ਭਰਾ ਦੋ ਤੀਆਂ ਦੋ ਤੇ ਨਹੀਂ ਘਰ ਦੀ ਹਾਲਤ ਵੇਖ ਕੇ ਨਹੀਂ ਆਉਂਦੇ ਬੱਚੇ ਹਾਂ ਆਉਂਦਾ ਕੋਈ ਇਸ ਤਰ੍ਹਾਂ ਦੇ ਘਰ ਦੇ ਵਿੱਚ ਕੋਈ ਨਹੀਂ ਆਉਂਦਾ ਚੰਗਾ ਘਰ ਹੋਵੇ ਫੇਰ ਹੀ ਆਉਂਦੇ ਆ ਆ ਬਹੁਤ ਲਾਤ ਖਰਾਬ ਹੋਗੇ ਬਹੁਤ ਤੇ ਮੈਨੂੰ ਇਸ ਸਮਾਂ ਦਾ ਜੀ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਸਰਦਾਰ ਜਿਹੜੇ ਸੀ ਸਰਦਾਰ ਖਾਨ ਸਿੰਘ ਜੀ ਉਹਨਾਂ ਨੇ ਜ਼ਿੰਦਗੀ ਵਿੱਚ ਬੜੀ ਐਸ਼ ਕਰਾਈ ਕਹਿੰਦੇ ਵੀ ਰੱਬ ਸਾਰਿਆਂ ਨੂੰ ਹਜਾ ਪਤੀ ਦੇਵੇ ਉਹਨਾਂ ਦੇ ਉਹਨਾਂ ਦੇ ਸਿਰ ਤੇ ਕਿੰਨੀ ਐਸ਼ ਕੀਤੀ ਆ ਬਹੁਤ ساری ਦੁਨੀਆ ਨੂੰ ਪਤਾ ਵੀ ਸਾਰੇ ਹੱਥ ਹੁੰਦੇ ਦਿਲ ਲਫਾਫਿਆ ਨਾਲ ਭਰੇ ਹੁੰਦੇ ਕਿੱਲੋ-ਕਿੱਲੋ ਦਹੀਂ ਲਿਆਉਣਾ, ਖਰੋੜੇ ਲਿਆਉਣੇ, ਹਰ ਇੱਕ ਚੀਜ਼ਾਂ ਲਿਆਉਂਦਾ ਹੀ ਘਰ ਦੇ ਵਿੱਚ ਕੋਈ ਪਤਾ ਨਹੀਂ ਕਿਹੜੀ ਕਿੜੀਆਂ ਵੈਰਾਈਟੀਆਂ ਰਾਤ ਨੂੰ ਲਿਆ ਕੇ ਮਮੀ ਖਾਣਾ ਬਣਾ ਕੇ ਰੱਖਿਆ ਹੋਣਾ, ਉਹਨੇ ਪਤਾ ਨਹੀਂ ਕਿਹੜੀਆਂ ਕਿੜੀਆਂ ਵੈਰਾਈਟੀਆਂ ਲਿਆ ਕੇ ਰੱਖ ਦੇਣੀਆਂ। ਆਹ ਬਹੁਤ ਚੰਗੀ ਜ਼ਿੰਦਗੀ ਉਹਦੇ। ਅਸੀਂ ਅੱਥਾਂ ਦੇ ਵਿੱਚ ਸਿਰ ਤੇ ਬਹੁਤ ਲਈ ਆ ਤੇ ਉਹਦੇ ਤੋਂ ਬਾਅਦ ਤੱਕਾ ਇੰਨਾ ਬਹੁਤ ਜ਼ਿਆਦਾ ਤੱਕੇ ਖਾਦੀਆਂ। ਪਰ ਕੀ ਲੱਗਦਾ ਜਦੋਂ ਪਤੀ ਸਿਰ ਤੋਂ ਸਾਇਆ ਚਲ ਗਿਆ ਉਸ ਤੋਂ ਬਾਅਦ ਘਰ ਦੇ ਹਾਲਾਤ ਜਿਹੜੇ ਨੇ ਉਹ ਦਿਨ ਮਾੜੇ ਹੁੰਦੇ ਗਏ ਨੇ ਹਾਂਜੀ ਹਾਂਜੀ ਕਿਸੇ ਕੋਲ ਆਪਾਂ ਕਦੀ ਕਿਹ ਕੋ ਦਰ ਪਈ ਨਹੀਂ ਫੜਦੇ ਕਿਸੇ ਕੋਲ ਨਹੀਂ ਆਪਣੇ ਜਾ ਕੇ ਛੀਂਦਾਂ ਦੇ ਜਾਓ ਤੇ ਫੁਲਕਾ ਖਾ ਕੇ ਆਜੋ ਕਿਸੇ ਦੇ ਥੱਲੇ ਨਹੀਂ ਲੱਗੇ ਅਹ ਪਕੀਲਾ ਤਾਂ ਨਹੀਂ ਮਾਤਾ ਜੀ ਕਹਿੰਦੇ ਵੀ ਜਿੰਨਾ ਚਿਰ ਪਤੀ ਦੇ ਸਿਰ ਤੇ ਸائے ਰਹੇ ਨੇ ਜਾਂ ਪਤੀ ਕਮਾਉਂਦਾ ਰਿਹਾ ਤੇ ਘਰ ਦੇ ਹਾਲਾਤ ਸੋਹਣੇ ਰਹੇ ਨੇ ਜ਼ਿੰਦਗੀ ਸੋਹਣੀ ਬਤੀਰ ਗਈ ਆ ਪਰ ਜਦੋਂ ਪਤੀ ਦਾ ਸਾਇਆ ਸਿਰ ਤੋਂ ਉੱਠ ਗਿਆ ਉਸ ਤੋਂ ਬਾਅਦ ਘਰ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਗਏ ਮਾੜੇ ਹੋ ਗਏ ਉਦੋਂ ਦੇ ਉਦੋਂ ਦੇ ਸਾਇਆ ਜਿਦੋਂ ਦਾ ਉਤੋਂ ਲੱਤ ਗਿਆ ਤੇ ਉਦੋਂ ਤੇ ਮਾੜੇ ਆਪੇ ਹੋਣੇ ਜੇ ਬੁੜੀਆਂ ਦਾ ਤਲਾਕ ਹੋ ਜਾਏ ਤੇ ਕਿੰਨਾ ਪੇਟ ਦੀਆਂ ਤੇ ਉਹ ਤੇ ਉਤਨਾ ਹੀ ਛੱਡ ਕੇ ਚਲ ਗਏ ਮੈਂ ਲਾਜ ਵੀ ਕਰਾਇਆ ਕਿਤੇ ਨਾਲ ਉਹਦੇ ਬਹੁਤ ਜ਼ਿੰਦਗੀ ਉਹਦੇ ਨਾਲ ਬਤਾਈ ਉਹਦੀ ਸੇਵਾ ਵੀ ਬਤੇਰੀ ਕੀਤੀ ਤੇ ਫਿਰ ਰਹਿ ਨਹੀਂ ਤੇ ਹੁਣ ਫਿਰ ਰੱਬ ਦਾ ਕੀ ਕਰਨਾ ਕਾਪੜਾ ਮੰਨਣਾ ਹੀ ਪੈਣਾ ਯਾਰ ਕਿ ਨਹੀਂ ਹੁੰਦੀ ਸਰਦਾਰ ਜੀ ਦੀ ਹਾਂ ਬਤੇਰੀ ਆਉਂਦੀ ਆ ਵੀ ਉਹਨਾਂ ਸਾਨੂੰ ਬਹੁਤ ਸੁੱਖ ਦਿੱਤਾ ਬੇਟੀਆਂ ਵੀ ਯਾਦ ਕਰਦੀਆਂ ਵੀ ਬਹੁਤ ਸਾਡਾ ਡੈਡੀ ਚੰਗੇ ਸੀ ਤੇ ਬਹੁਤ ਉਹਨਾਂ ਨੂੰ ਲਿਆ ਕੇ ਦਿੰਦੇ ਸਾਰਾ ਕੁਝ ਬੇਟੀਆਂ ਸੀ ਤਾਂ ਪਚਾ ਦੇਂਦਾ ਹੁੰਦਾ ਕੀ ਕੀ ਚਾਹੀਦਾ ਤੁਹਾਨੂੰ ਜੀ ਤੁਸੀਂ ਵੀ ਖੁਸ਼ੀ ਦਾ ਉਹ ਕਿਹੜਾ ਟਾਈਮ ਸੀ ਥੋੜਾ ਦਸ਼ਕਾਂ ਜੂ ਸਾਂਝਾ ਕਰ ਦਿਓ ਜਿਹੜਾ ਤੁਹਾਡੇ ਨਾਲ ਕੋਈ ਜਿਹੜਾ ਤੁਹਾਨੂੰ ਯਾਦ ਹੋਵੇ ਪੀ ਸਦਾਖ ਜਾਨਸੀ ਮੀ ਨੇ ਤੁਹਾਡੇ ਪਤੀ ਨੇ ਆਹ ਟਾਣਾ ਰੇਲਾ ਖੁਸ਼ੀ ਸਾਂਝੀ ਕੀਤੀ ਸੀ ਉਹ ਦੋ ਹੈਗਾ ਯਾਰੇ ਕੋਈ ਪੁਰਾਣੀ ਗੱਲਾਂ ਹੈ ਨਾਂ ਜੀ ਸੀਧਾ ਸਾਹਿਬ ਖੜਦੇ ਸੀ ਦਰਬਾਰ ਸਾਹਿਬ ਵੀ ਖੜਦੇ ਹੁੰਦੇ ਹਾਂ ਉੱਥੇ ਕੜਨਾ ਉੱਥੇ ਕਮਾ ਫਰਾ ਕੇ ਲੈ ਆਉਣਾ ਸੀਧਾ ਦੇ ਮੱਥਾ ਟੇਕ ਕੇ ਤੇ ਸਾਨੂੰ ਲੰਗਰ ਖਾਣ ਦਾ ਵੀ ਨਹੀਂ ਪਤਾ ਹਾਂ ਉਹਨਾਂ ਨੇ ਉਤਰੀ ਚੀਜ਼ ਵਸਤ ਖਵਾ ਖੂ ਕਿਤੇ ਲੈ ਆਉਣਾ ਘਰ ਹਾਂ ਸਗ ਚੜਾ ਆਉਣਾ ਤੇ ਆਖਣਾ ਵੀ ਘੁੰਗਣੀਆਂ ਬਣਾਉਣੀਆਂ ਉਹਨਾਂ ਨੇ ਤੇ ਬਣਾ ਕੇ ਆਪਣੇ ਹੱਥਾਂ ਦੇ ਨਾਲ ਤਿਆਰ ਕਰਕੇ ਤੇ ਫਿਰ ਸੀਦਾ ਸਾਬ ਤੇ ਆਖਣਾ ਵੀ ਆਮਚੂਰਾ ਪਾ ਕੇ ਵੀ ਆਖਣਾ ਵੀ ਬੀਬੀਆਂ ਨੇ ਵੇਖੀ ਹੱਥ ਝੱਟਦੀਆਂ ਰਹਿਣੀਆਂ ਇਹੋ ਜਿਹਾ ਮੈਂ ਬਣਾਇਆ ਤੇ ਬਣਾ ਕੇ ਡੋਲਣੀ ਪਰ ਕੇ ਤੇ ਉੱਥੇ ਚੜਾ ਕੇ ਆਉਣੀ ਸੀਦਾ ਸਾਬ ਤੇ ਅੱਜ ਉੱਥੋਂ ਲੈ ਕੇ ਉਹਨੇ ਕੋਈ ਨਹੀਂ ਮਾਸ ਸਮੇ ਸਮੇ ਦੀ ਗੱਲ ਆ ਦੇਖੋ ਬਾਬਾ ਦੀਪ ਸਿੰਘ ਸਾਡਾ ਆਪਣਾ ਵਾ ਸਾਡਾ ਆਪਣਾ ਗੁਰੂ ਆ ਕੋਈ ਗੱਲ ਗੁਰੂ ਘਰ ਹਮੇਸ਼ਾ ਕਹਿੰਦੇ ਵੀ ਸਾਰੇ ਵਾ ਇਥੇ ਦਰਖੋ ਦੁਨੀਆ ਆਉਂਦੀ ਉੱਥੇ ਬਹੁਤ ਜਿਆਦੀ ਦੁਨੀਆ ਆਉਂਦੀ ਕਿਤੇ ਇਹ ਗੱਲ ਦਾ ਕਾਟਾ ਨਹੀਂ ਉੱਥੇ ਪਰਮੇਸ਼ਰ ਦੇ ਘਰ ਮਹਾਰਾਜ ਦੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਏਸੀ ਗੱਲਬਾਤ ਕੀਤੀ ਉਸ ਪਰਿਵਾਰ ਦੇ ਨਾਲ ਤੁਸੀਂ ਦੇਖਿਆ ਵੀ ਇਹ ਜਿਹੜੀ ਮਾਂ ਵਾ ਇੱਕ ਬੇਬਸ ਪਤਨੀ ਵੀ ਆ ਇੱਕ ਬੇਬਸ ਬਾ ਵੀ ਆ ਕਿਉਂਕਿ ਹੱਥਾਂ ਵਿੱਚ ਫੋਟੋ ਫੜੀ ਫਿਰਦੀ ਆਪਣੇ ਘਰ ਵਾਲੇ ਦੀ ਤੇ ਨਾਲ ਹੀ ਫੋਟੋ ਫੜੀ ਆਪਣੇ ਜਵਾਨ ਪੁੱਤ ਦੀ ਦੁੱਖਾਂ ਦਾ ਪਹਾੜ ਟੁੱਟ ਗਿਆ ਇਸ ਦੇ ਤੇ ਪਹਿਲੋਂ ਘਰ ਵਾਲੀ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜੇ ਤੁਸੀਂ ਦੇਖ ਲਿਓ ਵੀ ਪੁੱਤ ਦੀ ਮੌਤ ਹੋ ਜਾਂਦੀ ਆ ਤੇ ਇੱਕ ਜਿਹੜਾ ਜਵਾਨ ਪੋਤੇ ਆ ਉਸ ਨੂੰ ਅੱਜ ਵੀ ਆਗ ਕਰ ਰਹੀ ਆ ਉਸਦੇ ਹਾਲਾਤ ਤੁਸੀਂ ਦੇਖ ਲਿਓ ਮਾਂ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਆ ਕਿਉਂਕਿ ਕਹਿੰਦੇ ਵੀ ਇਸ ਇਸੇ ਪਤਨੀ ਨੇ ਬੜੀ ਜ਼ਿੰਦਗੀ ਸੋਹਣੀ ਬਤੀਤ ਕੀਤੀ ਆ ਇਸ ਦੇ ਘਰ ਵਾਲੇ ਨੇ ਇਸ ਦੇ ਸਿਰ ਤੇ ਉੱਤੇ ਕਹਿੰ ਲੋ ਵੀ ਬਹੁਤ ਐਸ਼ ਕੀਤੀ ਆ ਅੱਜ ਇਸ ਜਿਹੜੀ ਆ ਦੁੱਖਾਂ ਭਰੀ ਜਿਹੜੀ ਜ਼ਿੰਦਗੀ ਬਤੀਤ ਕਰ ਰਹੀ ਆ ਇੱਕ ਬਣੀ ਯਾਦ ਕਰ ਰਹੀ ਆਪਣੇ ਘਰ ਵਾਲੇ ਨੂੰ ਜਿਹੜਾ ਸੂਰਜ ਚਲ ਗਿਆ ਇੱਕ ਬਣੀ ਯਾਦ ਕਰ ਰਹੀ ਆਪਣੇ ਪੁੱਤ ਨੂੰ ਇਸ ਕਰਕੇ ਇਹ ਜਿਹੜਾ ਘਰ ਸੀ ਕਿਸੇ ਵੱਲੇ ਖੁਸ਼ੀਆਂ ਇਸ ਘਰ ਵਿੱਚ ਸੀ ਹਰ ਇੱਕ ਘਰ ਵਿੱਚ ਚੀਜ਼ ਸੀ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਪਤੀ ਦੇ ਜਾਣ ਤੋਂ ਬਾਅਦ ਇਹ ਜਿਹੜਾ ਘਰ ਆ ਬਰਬਾਦ ਹੋ ਗਿਆ ਪਹਿਲਾਂ ਪਤੀ ਦੀ ਮੌਤ ਹੁੰਦੀ ਆ ਉਸ ਤੋਂ ਬਾਅਦ ਜਵਾਨ ਪੋਤੀ ਮੌਤ ਹੁੰਦੀ ਆ ਅਤੇ ਉਸ ਤੋਂ ਬਾਅਦ ਜਿਹੜਾ ਜਵਾਨ ਪੋਤੇ ਆ ਉਹ ਮੈਂਟਲੀ ਅਫਸਰ ਹੋ ਜਾਂਦਾ ਦਿਮਾਗੀ ਹਾਲਾਤ ਖਰਾਬ ਹੋ ਜਾਂਦੇ ਨੇ ਇਸ ਕਰਕੇ ਦਰਸ਼ਕੋ ਇਸ ਮਾਂ ਦਾ ਤੁਹਾਡੀ ਵੀ ਮਾਂ ਲੱਗਦੀ ਆ ਵੱਧ ਤੋਂ ਵੱਧ ਮਦਦ ਜਰੂਰ ਕਰਿਓ ਇਸ ਮਾਂ ਦੀ ਬਾਤ ਚੜਕੇ ਮਦਦ ਕਰਿਓ ਤਾਂ ਜੋ ਕਿ ਇਹ ਜਿਹੜਾ ਘਰ ਸੀ ਕਿਸੇ ਵਾਲੇ ਸੁਪਣਿਆਂ ਦਾ ਘਰ ਸੀ ਇਹ ਜਿਹੜਾ ਘਰ ਖੁਸ਼ੀਆਂ ਖੇੜੇ ਸੀ ਦੁਬਾਰਾ ਤੋਂ ਇਸ ਘਰ ਵਿੱਚ ਖੁਸ਼ੀਆਂ ਆਉਣ ਤਾਂ ਜੋ ਕਿ ਇਸ ਮਾਂ ਦੇ ਜਿਹੜੇ ਦੁੱਖ ਨੇ ਉਹ ਦੂਰ ਹੋ ਸਕਣ ਤੁਸੀਂ ਹਾਲਾਤ ਦੇਖ ਲਓ ਪਹਿਲਾਂ ਕੀ ਹਾਲਾਤ ਨੇ ਇਸ ਮਾਂ ਦੇ ਕੀ ਬੀੜਦੀ ਹੋਊਗੀ ਜਿਹੜਾ ਜਵਾਨ ਪੁੱਤ ਹਰ ਵਕਤ ਜਿਹੜਾ ਉਹ ਅੱਖਾਂ ਸਾਹਮਣੇ ਹੈ ਦਮਾਗ ਹੀ ਹਲਾਦ ਵਿੱਚ ਬੈਠਾ ਹੁੰਦਾ ਜਿੰਨੂੰ ਪਤਾ ਨਹੀਂ ਰੋਟੀ ਖਾਣੀ ਜਾਂ ਕਪੜੇ ਪਾਉਣੇ ਕਿ ਨਹੀਂ ਪਾਉਣੇ ਅਤੇ ਮਾਂ ਦਾ ਕਹਿਣਾ ਵੀ ਉਹ ਕਿਸੇ ਵਕਤ ਐਡਾ ਟੋ ਟੱਪਾ ਹੁੰਦਾ ਸੀ ਉਸ ਪੁੱਤ ਦਾ ਵੀ ਜੁੱਤੀਆਂ ਤੇ ਬੂਟ ਬੜੇ ਸੋਹਣੇ ਪਾਉਂਦਾ ਸੀ ਕਪੜੇ ਨੂੰ ਕਹਿੰਦੇ ਕਦੀ ਵਟ ਨਹੀਂ ਸੀ ਪੈ ਦਿੰਦਾ ਪ੍ਰੈਸ ਕੀਤੇ ਕਪੜੇ ਪਾਉਂਦਾ ਸੀ ਪਰ ਅੱਜ ਹਾਲਾਤ ਦੇਖ ਲੋ ਅੱਜ ਖੁਦ ਨਹੀਂ ਪਤਾ ਉਸ ਨੂੰ ਵੀ ਉਸ ਦੀ ਜ਼ਿੰਦਗੀ ਕੀ ਬਤੀਰਦੀ ਆ ਕੱਚੇ ਬਣਾ ਦੇ ਨਾਲ ਹੀ ਜਿਹੜਾ ਇਸ ਤਰ੍ਹਾਂ ਜਿਹੜਾ ਹੈ ਗਲੀਆਂ ਬਜ਼ਾਰਾਂ ਤੁਰੇ ਫਿਰਦਾ ਜਾਂ ਇਸੇ ਤਰ੍ਹਾਂ ਜ਼ਿੰਦਗੀ ਬਤੀਤ ਕਰਦਾ ਵਾ ਐਸ ਕਰਕੇ ਸਾਢੇ ਦਸ਼ਕਾਂ ਨੂੰ ਪੀ ਲਿਆ ਵੀ ਦੁੱਖਾਂ ਦਾ ਪਤਾ ਨਹੀਂ ਕਿਹਦੇ ਦੁੱਖ ਆ ਤੇ ਅਸਕੇ ਕੇ ਬਾਦ ਚੜਕੇ ਮਦਦ ਜ਼ਰੂਰ ਕਰਿਓ ਇਸ ਮਾਂ ਦੀ ਇਸ ਮਾਂ ਦੇ ਹੰਝੂ ਜਿਹੜੇ ਤੁਸੀਂ ਦੇਖ ਰਹੇ ਹੋ ਹੰਝੂ ਕਿਸ ਤਰ੍ਹਾਂ ਮਾਂ ਜਿਹੜੀ ਆ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਆ ਇਹਦੇ ਹੰਝੂਆਂ ਦੀ ਇਲਾਜ ਰੱਖ ਲਿਓ ਇਸ ਦੀ ਮਦਦ ਜ਼ਰੂਰ ਕਰਿਓ ਇਸ ਨੂੰ ਆਪਣੇ ਪੁੱਤ ਦੀ ਅਤੇ ਘਰਵਾਲੀ ਦੀ ਯਾਦ ਆਉਂਦੀ ਆ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਇਸ ਮਾਂ ਦੇ ਉੱਤੇ ਜਦੋਂ ਯਾਦ ਕਰਦੀ ਆ ਉਹ ਜਿਹੜੇ ਖੁਸ਼ੀ ਦੇ ਪਾਲ ਸੀ ਜਿਹੜੇ ਆਪਣੇ ਘਰ ਵਿੱਚ ਬਤੀਤ ਕੀਤੇ ਸੀ ਇਸ ਘਰ ਵਿੱਚ ਵਿਆਹ ਕਿ ਆਈ ਸੀ ਜਿਹੜੀ ਇਹ ਮਾਂ ਅੱਜ ਤੁਸੀਂ ਦੇਖ ਲਓ ਕੀ ਹਾਲਾਤ ਨੇ ਕਹਿੰਦੇ ਬੜੇ ਚਾਵਾਣੇ ਮੇਰੇ ਘਰ ਵਾਲੇ ਨੇ ਮੇਰੇ ਪਤੀ ਨੇ ਬੜੀ ਜ਼ਿੰਦਗੀ ਜਿਆਸ਼ ਕਰਾਈ ਸੀ ਪਰ ਪਤਾ ਨਹੀਂ ਸੀ ਕੀ ਹਾਲਾਤ ਹੋ ਜਾਣੇ ਕਈ ਕਹਿੰਦੇ ਪਤਾ ਨਹੀਂ ਸੀ ਵੀ ਦੁੱਖ ਦੇਖਣੇ ਪੈਣੇ ਆ ਕੀ ਹਾਲਾਤ ਹੋਣਗੇ ਵਾਦ ਤੋਂ ਵਾਦ ਕੱਪੜਾ ਪਵਾਇਆ ਵਾਦ ਤੋਂ ਵਾਦ ਉਹਨੇ ਦੁਬੱਟੇ ਲੈ ਲੈ ਕੇ ਦੇਣੇ ਵਾਦ ਤੋਂ ਆਪ ਸਵਾ ਕੇ ਇੱਥੀ ਮੈਨੂੰ ਦਿਨਦ ਰਿਹਾ ਆਪਣੇ ਸਾਧਿਆਣੀ ਸੂਟ ਸਵਾ ਕੇ ਪਵਾਉਣਾ ਰਿਹਾ ਮੈਨੂੰ ਜਿਹੜਾ ਅੱਜ ਕਈ ਕੁਛਦਾ ਹੀ ਨਹੀਂ ਸੁਆਣਾ ਹੀ ਨਹੀਂ ਕੋਈ ਉਹਦੇ ਤੋਂ ਬਾਅਦ ਦਸ਼ਕੋ ਵੱਤਵਾਦ ਮਦਦ जरूर ਕਰਿਓ ਇਸ ਮਾਣ ਨੂੰ ਤੁਹਾਡੀ ਮਦਦ ਦੀ ਲੋੜ ਆ ਇਸ ਘਰ ਵਿੱਚ ਤੁਹਾਡੀ ਮਦਦ ਦੀ ਲੋੜ ਆ ਵੱਤਵਾਦ ਮਦਦ ਕਰਿਓ ਤਾਂ ਜੋ ਕੀ ਹਾਲਾਤ ਚੰਗੇ ਹੋ ਸਕਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਜਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ